ਭੈਣਾਂ ਤੇ ਭਰਾਵਾਂ ਤੇ ਸਭ ਦੀਆਂ ਰੱਖੜੀ ਦਾ ਤਿਉਹਾਰ ਤਾਂ ਸਭ ਲਈ ਸਾਂਝਾ ਹੀ ਹੁੰਦਾ। ਇਹ ਤਸਵੀਰਾਂ ਪਟਿਆਲਾ ਦੇ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ, ਜਿੱਥੇ ਨਮੱਖਾਂ ਦੇ ਨਾਲ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰੱਖੜੀ ਬੰਨ੍ਹਦੀਆਂ ਇਹ ਭੈਣਾਂ ਬੜੇ ਚਿਰਾਂ ਬਾਅਦ ਆਪਣੇ ਭਰਾਵਾਂ ਨੂੰ ਮਿਲ ਰਹੀਆਂ ਨੇ। ਇਸੇ ਮੌਕੇ 'ਤੇ ਭਰਾ ਵੀ ਅੱਖਾਂ ਦੇ ਵਿੱਚ ਹੰਝੂ ਲਈ ਆਪਣੀ ਭੈਣਾਂ ਤੋਂ ਰੱਖੜੀ ਬਣਵਾ ਰਹੇ ਨੇ। ਕੇਂਦਰੀ ਜੇਲ੍ਹ ਦੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕੋਈ ਵੀ ਰੱਖੜੀ ਬੰਨਣ ਦੇ ਲਈ ਜਾ ਸਕਦਾ ਹੈ, ਅਤੇ ਇਸ ਮੌਕੇ ਬਹੁਤ ਸਾਰੀਆਂ ਭੈਣਾਂ ਹੱਥ ਦੇ ਵਿੱਚ ਰੱਖੜੀ ਚੁੱਕੀ ਆਪਣੀ ਵਾਰੀ ਦਾ ਵੀ ਇੰਤਜ਼ਾਰ ਕਰਦੀਆਂ ਨੇ, ਅਤੇ ਜਦੋਂ ਆਪਣੇ ਵੀਰ ਦੇ ਗੁੱਟ 'ਤੇ ਰੱਖੜੀ ਬੰਨਣ ਦਾ ਮੌਕਾ ਉਹਨਾਂ ਨੂੰ ਮਿਲਦਾ ਹੈ ਤਾਂ ਉਸ ਦੌਰਾਨ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਇਹਨਾਂ ਭੈਣਾਂ ਦੇ, ਅਤੇ ਨਾਲ ਆਪਣੇ ਬੱਚਿਆਂ ਨੂੰ ਵੀ ਵੀਰਾਂ ਨੂੰ ਮਨਾਉਣ ਦੇ ਲਈ ਲੈ ਕੇ ਆਉਂਦੀਆਂ ਨੇ। ਇਸ ਮੌਕੇ DSP ਜੇਲ੍ਹ ਬਲਜਿੰਦਰ ਸਿੰਘ ਜੀ ਵੱਲੋਂ ਕੁਝ ਗੱਲਾਂ ਜਿਹੜੀਆਂ ਨੇ ਰੱਖੜੀ ਦੇ ਮੌਕੇ ਦੇ ਉੱਤੇ ਕਹੀਆਂ ਗਈਆਂ। ਅਸੀਂ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹੈ, ਮਾਨਯੋਗ ADGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਹਾਂ ਤਿਉਹਾਰ, ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ, ਉਹਨੂੰ ਇਹ ਨਾ ਹੋਵੇ ਵੀ ਮੈਂ ਬੰਦਾ ਇਸ ਤਿਉਹਾਰ ਤੋਂ ਵਾਂਝਾ ਰਹਿ ਗਿਆ, ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਵੀ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਗੁੱਟ ਤੇ ਰੱਖੜੀ ਨਹੀਂ ਬੰਨ ਸਕੀ। ਅਸੀਂ ਇਹ ਵੱਧ ਤੋਂ ਵੱਧ ਸਾਰੀਆਂ ਭੈਣਾਂ ਨੂੰ ਮੌਕਾ ਦਿੱਤਾ। ਸਮਾਂ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ। ਨਹੀਂ ਜੀ, ਮੈਂ ਨਹੀਂ ਬਣਵਾ ਸਕਿਆ, ਮੈਂ ਆਪਣੀ ਡਿਊਟੀ ਤੇ ਆ ਗਿਆ ਸੀ, ਭੈਣ ਮੇਰੀ ਦੂਰ ਸੀ, ਇਸ ਕਰਕੇ ਮੈਂ ਨਹੀਂ ਜਾ ਸਕਿਆ। ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰੱਖੜੀ ਦਾ ਤਿਉਹਾਰ ਮਨਾਉਂਗਾ। ਨਹੀਂ, ਉਹਨਾਂ ਨੂੰ ਪਤਾ ਹੈ, ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ, ਨਹੀਂ ਆ ਸਕਦਾ। ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ, ਤਿਉਹਾਰ ਬਾਅਦ। ਹਾਂ, ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਰਟਾਂ 'ਚ ਵੱਖ ਵੱਖ ਕੋਰਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ, ਜਾਂ ਬਿਮਾਰ ਬੰਦੀਆਂ ਨੂੰ ਚੈੱਕਅਪ ਕਰਾਉਣ ਲਈ ਸਰਕਾਰੀ ਰਜਿੰਦਰਾ ਹਸਪਤਾਲ ਭੇਜਦੇ ਹਾਂ ਅਸੀਂ, ਉਹ ਸਾਡੇ ਰੂਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਸਾਡੀ ਆਪਣੀ ਜਿਹੜੀ ਰੈਸਟ 'ਤੇ ਫੋਰਸ ਹੁੰਦੀ ਹੈ ਉਸਨੂੰ ਅਸੀਂ ਅੱਜ ਬੁਲਾਇਆ ਗਿਆ, ਅਤੇ ਵਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ। ਭੈਣਾਂ ਤੇ ਭਰਾਵਾਂ ਤੇ ਸਭ ਦੀਆਂ ਰੱਖੜੀ ਦਾ ਤਿਉਹਾਰ ਤਾਂ ਸਭ ਲਈ ਸਾਂਝਾ ਹੀ ਹੁੰਦਾ। ਇਹ ਤਸਵੀਰਾਂ ਪਟਿਆਲਾ ਦੇ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ, ਜਿੱਥੇ ਨਮੱਖਾਂ ਦੇ ਨਾਲ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰੱਖੜੀ ਬੰਨ੍ਹਦੀਆਂ ਇਹ ਭੈਣਾਂ ਬੜੇ ਚਿਰਾਂ ਬਾਅਦ ਆਪਣੇ ਭਰਾਵਾਂ ਨੂੰ ਮਿਲ ਰਹੀਆਂ ਨੇ। ਇਸੇ ਮੌਕੇ 'ਤੇ ਭਰਾ ਵੀ ਅੱਖਾਂ ਦੇ ਵਿੱਚ ਹੰਝੂ ਲਈ ਆਪਣੀ ਭੈਣਾਂ ਤੋਂ ਰੱਖੜੀ ਬਣਵਾ ਰਹੇ ਨੇ। ਕੇਂਦਰੀ ਜੇਲ੍ਹ ਦੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕੋਈ ਵੀ ਰੱਖੜੀ ਬੰਨਣ ਦੇ ਲਈ ਜਾ ਸਕਦਾ ਹੈ, ਅਤੇ ਇਸ ਮੌਕੇ ਬਹੁਤ ਸਾਰੀਆਂ ਭੈਣਾਂ ਹੱਥ ਦੇ ਵਿੱਚ ਰੱਖੜੀ ਚੁੱਕੀ ਆਪਣੀ ਵਾਰੀ ਦਾ ਵੀ ਇੰਤਜ਼ਾਰ ਕਰਦੀਆਂ ਨੇ, ਅਤੇ ਜਦੋਂ ਆਪਣੇ ਵੀਰ ਦੇ ਗੁੱਟ 'ਤੇ ਰੱਖੜੀ ਬੰਨਣ ਦਾ ਮੌਕਾ ਉਹਨਾਂ ਨੂੰ ਮਿਲਦਾ ਹੈ ਤਾਂ ਉਸ ਦੌਰਾਨ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਇਹਨਾਂ ਭੈਣਾਂ ਦੇ, ਅਤੇ ਨਾਲ ਆਪਣੇ ਬੱਚਿਆਂ ਨੂੰ ਵੀ ਵੀਰਾਂ ਨੂੰ ਮਨਾਉਣ ਦੇ ਲਈ ਲੈ ਕੇ ਆਉਂਦੀਆਂ ਨੇ। ਇਸ ਮੌਕੇ DSP ਜੇਲ੍ਹ ਬਲਜਿੰਦਰ ਸਿੰਘ ਜੀ ਵੱਲੋਂ ਕੁਝ ਗੱਲਾਂ ਜਿਹੜੀਆਂ ਨੇ ਰੱਖੜੀ ਦੇ ਮੌਕੇ ਦੇ ਉੱਤੇ ਕਹੀਆਂ ਗਈਆਂ। ਅਸੀਂ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹੈ, ਮਾਨਯੋਗ ADGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਹਾਂ ਤਿਉਹਾਰ, ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ, ਉਹਨੂੰ ਇਹ ਨਾ ਹੋਵੇ ਵੀ ਮੈਂ ਬੰਦਾ ਇਸ ਤਿਉਹਾਰ ਤੋਂ ਵਾਂਝਾ ਰਹਿ ਗਿਆ, ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਵੀ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਗੁੱਟ ਤੇ ਰੱਖੜੀ ਨਹੀਂ ਬੰਨ ਸਕੀ। ਅਸੀਂ ਇਹ ਵੱਧ ਤੋਂ ਵੱਧ ਸਾਰੀਆਂ ਭੈਣਾਂ ਨੂੰ ਮੌਕਾ ਦਿੱਤਾ।
ਸਮਾਂ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ। ਨਹੀਂ ਜੀ, ਮੈਂ ਨਹੀਂ ਬਣਵਾ ਸਕਿਆ, ਮੈਂ ਆਪਣੀ ਡਿਊਟੀ ਤੇ ਆ ਗਿਆ ਸੀ, ਭੈਣ ਮੇਰੀ ਦੂਰ ਸੀ, ਇਸ ਕਰਕੇ ਮੈਂ ਨਹੀਂ ਜਾ ਸਕਿਆ। ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰੱਖੜੀ ਦਾ ਤਿਉਹਾਰ ਮਨਾਉਂਗਾ। ਨਹੀਂ, ਉਹਨਾਂ ਨੂੰ ਪਤਾ ਹੈ, ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ, ਨਹੀਂ ਆ ਸਕਦਾ। ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ, ਤਿਉਹਾਰ ਬਾਅਦ ਚ। ਹਾਂ, ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਰਟਾਂ 'ਚ ਵੱਖ ਵੱਖ ਕੋਰਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ, ਜਾਂ ਬਿਮਾਰ ਬੰਦੀਆਂ ਨੂੰ ਚੈੱਕਅਪ ਕਰਾਉਣ ਲਈ ਸਰਕਾਰੀ ਰਜਿੰਦਰਾ ਹਸਪਤਾਲ ਭੇਜਦੇ ਹਾਂ ਅਸੀਂ, ਉਹ ਸਾਡੇ ਰੂਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਸਾਡੀ ਆਪਣੀ ਜਿਹੜੀ ਰੈਸਟ 'ਤੇ ਫੋਰਸ ਹੁੰਦੀ ਹੈ ਉਸਨੂੰ ਅਸੀਂ ਅੱਜ ਬੁਲਾਇਆ ਗਿਆ, ਅਤੇ ਵਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ।